ਦਾ ਅਖਾੜਾ ਭਖ ਚੁੱਕਿਆ ਹੈ। ਹਰ ਕੋਈ ਆਪਣੀ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਅਖਾੜੇ ਵਿੱਚ ਉਤਰ ਰਿਹਾ ਹੈ। ਕਿਸ ਦੀ ਕਿਸਮਤ ਚਮਕੇਗੀ, ਕੌਣ ਬਣੇਗਾ ਸਰਪੰਚ? ਪਿੰਡ ਖੁੱਡੀ ਕਲਾਂ ਤੋਂ ਪੜ੍ਹੇ ਲਿਖੇ ਅਣਥਕ ਮਿਹਨਤ ਕਰਨ ਵਾਲੇ ਤੇ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਵਾਲੇ ਨੌਜਵਾਨ ਤਰਸੇਮ ਸਿੰਘ ਮੈਦਾਨ ਵਿੱਚ ਉਤਰੇ, ਜਿਨ੍ਹਾਂ ਵੱਲੋਂ ਸਾਡੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਅਸੀਂ ਪਿੰਡ ਦੇ ਸਾਰੇ ਕੰਮ ਪਹਿਲ ਦੇ ਆਧਾਰ ਤੇ ਕਰਾਵਾਂਗੇ, ਪਿੰਡ ਦਾ ਵਿਕਾਸ ਕਰਾਵਾਂਗੇ। ਉੱਥੇ ਹੀ ਪਿੰਡ ਦੇ ਲੋਕਾਂ ਵੱਲੋਂ ਵੀ ਇਹਨਾਂ ਨੂੰ ਪੂਰੀ ਸਪੋਰਟ ਦਿੱਤੀ ਜਾ ਰਹੀ ਹੈ ਕਿ ਜੇਕਰ ਇਹ ਸਰਪੰਚ ਬਣ ਗਏ ਤੇ ਸਾਡੇ ਪਿੰਡ ਦਾ ਵਿਕਾਸ ਸਹੀ ਢੰਗ ਨਾਲ ਕਰਨਗੇ। ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਜੇ ਵਿਕਾਸ ਦੀ ਗੱਲ ਕਰੀਏ ਆਪਾਂ? ਵਿਕਾਸ ਦੀ ਗੱਲ ਜੀ, ਨਾਲੀਆਂ ਗਲੀਆਂ ਦਾ ਕੰਮ ਜੀ, ਤੇ ਆਪਣਾ ਪਿੰਡ ਦੀ ਲਾਇਬ੍ਰੇਰੀ ਹੋ ਗਈ ਜੀ, ਸਾਰੀ ਸਰਕਾਰ ਸਾਡਾ ਸਾਥ ਦੇ ਰਹੀ ਹੈ ਜੀ। ਨਹਿਰੀ ਪਾਣੀ ਹੋ ਗਿਆ ਜੀ, ਸਾਰਾ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਜੀ। ਜੇ ਆਪਾਂ ਗੱਲ ਕਰੀਏ ਨੌਜਵਾਨਾਂ ਲਈ ਸਟੇਡੀਅਮ ਲਈ ਕੀ ਉਹਨਾਂ ਲਈ ਕੀ ਕਹਿਣਾ ਚਾਹੀਦਾ? ਸਟੇਡੀਅਮ ਦਾ ਜੀ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ। ਪਹਿਲਾਂ ਵੀ ਮੰਤਰੀ ਸਾਹਿਬ ਨੇ ਸਾਡੇ ਸਾਰੇ ਕੰਮ ਕੀਤੇ ਹੈ ਜੀ, ਵਿਕਾਸ ਕਰ ਰਹੀ ਹੈ ਜੀ ਸਰਕਾਰ ਪੂਰਾ। ਤੇ ਹੋਰ ਤੁਹਾਡੇ ਕਿਹੜੇ ਕੰਮ ਅਧੂਰੇ ਰਹਿ ਗਏ ਜਿਹੜੇ ਤੁਸੀਂ ਆਪਣੀ, ਜੇ ਤੁਸੀਂ ਸਰਪੰਚ, ਜੇ ਤੁਸੀਂ ਸਰਪੰਚ ਬਣ ਜਾਂਦੇ ਹੋ ਤਾਂ ਤੁਸੀਂ ਕਿਹੜੇ ਕੰਮ ਅਧੂਰੇ ਰਹਿ ਗਏ ਜਿਹੜੇ ਤੁਸੀਂ ਆਪਣੇ ਟਾਈਮ 'ਚ ਕਰੋਗੇ? ਠੀਕ ਹੈ ਜੀ, ਸਟੇਡੀਅਮ ਹੋ ਗਿਆ ਜੀ ਜਿਵੇਂ, ਤੇ ਆਪਣਾ ਗਰਾਊਂਡ ਬਣਾਈ ਦਿੱਤੇ ਜੀ, ਦੋ ਗਰਾਊਂਡ ਰਹਿੰਦੇ ਆ ਜੀ, ਉਹ ਵੀ ਪੂਰਾ ਗ੍ਰਿਡ ਦਾ ਕੰਮ ਜੀ। ਜੇ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ, ਐਜੂਕੇਸ਼ਨ ਵੀ ਤੁਹਾਡੇ ਮਨ 'ਚ ਕੀ ਚੱਲ ਰਿਹਾ? ਐਜੂਕੇਸ਼ਨ ਦਾ ਜੀ ਪੂਰਾ ਆਪਣਾ ਸਕੂਲ ਹੈ ਜੀ, ਉਹਨੂੰ ਹੋਰ ਅਪਗ੍ਰੇਡ ਕਰਾਂਗੇ ਜੀ। ਹਾਂਜੀ, ਤਿੰਨ ਸਕੂਲ ਨੇ ਸਾਡੇ ਪਿੰਡ ਜੀ। ਤੇ ਹੁਣ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਸੀਆਂ? ਮੈਸੇਜ ਜੀ ਇਹੀ ਹੈ, ਬੱਚਾ ਬੱਚੀ ਮੇਰਾ ਸਾਥ ਦੇ ਰਿਹਾ ਜੀ, ਇਹਨਾਂ ਦਾ ਕੋਈ ਕਹਿਣ ਨੂੰ ਸ਼ਬਦ ਨਹੀਂ ਹੈਗਾ, ਪੂਰਾ ਮੇਰਾ ਸਾਥ ਦੇ ਰਹੇ ਆ, ਤੇ ਚੜ੍ਹਦੀ ਕਲਾ 'ਚ ਰੱਖੇ ਸਾਰੇ ਪਿੰਡ ਨੂੰ ਪਰਮਾਤਮਾ। ਕੀ ਨਾਂ ਆਪਣਾ ਜੀ? ਜਸਪਾਲ ਸਿੰਘ ਜੀ। ਤਰਸੇਮ ਜੀ, ਤੁਸੀਂ ਜਿਹੜਾ ਤਰਸੇਮ ਸਿੰਘ ਹੈ ਸਰਪੰਚੀ ਚੋਣ ਦੇ ਇਲੈਕਸ਼ਨ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚੋਂ ਲੜ ਰਹੇ ਨੇ, ਤੁਸੀਂ ਯੂਥ ਹੋ, ਯੂਥ ਕਹਿੰਦੇ ਵੀ ਜਿੱਧਰ ਹੋ ਜੇ ਉਹ ਲਗਭਗ ਜਿੱਤ ਪੱਕੀ ਹੁੰਦੀ ਹੈ, ਕੀ ਕਹਿਣਾ ਚਾਹੋ? ਤਰਸੇਮ ਸਿੰਘ ਵਧੀਆ ਹੁਨਰਕਾਰ ਬੰਦਾ ਜੀ, ਠੀਕ ਹੈ ਨਾ ਜੀ, ਤੇ ਸਾਡਾ ਭਰਾ ਗਾ ਵੀ, ਤੇ ਪਿੰਡ ਦਾ ਬੱਚੋ ਬੱਚੀ ਨਾਲ ਖੜਦਾ ਗਾ, ਹਰੇਕ ਦੇ ਦੁੱਖ ਸੁੱਖ ਦੇ ਵਿੱਚ ਖੜਦਾ ਗਾ ਜੀ। ਅੱਧੀ ਰਾਤ ਤੱਕ ਜਾਂਦਾ ਗਾ, ਕਿਸੇ ਨੂੰ ਦੁੱਖ ਬਿਮਾਰੀ ਹੈ, ਕਿਸੇ ਨੂੰ ਹੌਸਪੀਟਲ ਲੈ ਕੇ ਜਾਣਾ ਹੈ, ਪਹਿਲਾਂ ਵੀ ਇਹ ਬਹੁਤ ਮਦਦ ਕਰਦਾ ਲੋਕਾਂ ਦੀ ਜੀ। ਜੇ ਤੁਸੀਂ ਵਿਸ਼ਵਾਸ ਤਾਂ ਆਇਆ, ਕੀ ਤੁਹਾਡੇ ਪਿੰਡ ਦੇ ਮੋਟਿਵ, ਤੁਹਾਡੇ ਮਨ ਦੇ ਮੋਟਿਵ ਨੇ, ਪਿੰਡ ਦੇ ਕੀ ਕੰਮ ਨੇ? ਦੇਖੋ ਜੀ, ਪਿੰਡ ਦੇ ਵਿੱਚ ਇੱਕ ਤਾਂ ਗ੍ਰਿਡ ਦੀ ਕਮੀ ਸਾਡੇ ਜੀ, ਉਹ ਅਸੀਂ ਪਾਸ ਕਰਵਾ ਚੁੱਕੇ ਹੈਗੇ ਮੰਤਰੀ ਸਾਹਿਬ ਤੋਂ, ਤੇ ਜੀ ਸਟੇਡੀਅਮ ਹੈਗਾ ਜੀ, ਪੰਚਾਇਤੀ ਵਾਹਨ ਪਹਿਲਾਂ ਸਰਪੰਚਾਂ ਨੇ ਨਹੀਂ ਦਿੱਤਾ, ਅਸੀਂ ਉਹਦਾ ਸਟੇਡੀਅਮ ਬਣਵਾਉਣਾ ਜੀ, ਉਹਦੇ 'ਚ 5-4 ਕਿੱਲੇ ਹੋਰ ਕਵਰ ਕਰਕੇ ਸਟੇਡੀਅਮ ਬਣਾਉਣਾ ਬਹੁਤ ਵੱਡਾ। ਤੇ ਜੀ ਲਾਇਬ੍ਰੇਰੀ ਬਣ ਚੁੱਕੀ ਹੈ ਵਧੀਆ ਸਾਡੇ ਇੱਕ, ਤੇ ਜੀ ਨਾਲੀਆਂ ਦਾ ਤਾਂ ਬਾਕੀ ਵਿਕਾਸ ਹੋਇਆ ਹੀ ਹੈ, ਗਲੀਆਂ ਦਾ ਹੋਇਆ ਹੀ ਪਿਆ ਜੀ, ਵੈਸੇ ਇੱਕ ਨੋਰਮਲੀ 25% ਰਹਿੰਦਾ ਸਾਡੇ ਪਿੰਡ, ਉਹ ਚੱਲ ਰਿਹਾ ਕੰਮ ਜੀ, ਮਿਸਤਰੀ ਲੱਗੇ ਪਏ ਨੇ ਜੀ। ਜੇ ਆਪਾਂ ਗੱਲ ਕਰੀਏ ਕਿਸਾਨ ਦੀ, ਕਹਿੰਦੇ ਜੇ ਕਿਸਾਨ ਆ ਤਾਂ ਪੰਜਾਬ ਆ, ਜਾਂ ਪੰਜਾਬ ਆ ਤਾਂ ਕਿਸਾਨ ਹੈ, ਕਿਸਾਨ ਨੂੰ ਜਿਹੜੀ ਸਮੱਸਿਆ ਆ ਰਹੀ ਹੈ, ਤੇ ਲਗਭਗ ਕਈ ਜਿਹੜਾ ਖਾਲ ਨਾਲੀ ਬਣ ਚੁੱਕੀਆਂ ਨੇ, ਹਰੇਕ ਹੋਰ ਕਿੰਨਾ ਕੁ ਹਾਲੇ ਕੰਮ ਅਧੂਰਾ ਰਹਿੰਦਾ ਜੀ? ਕੰਮ ਕੋਈ ਅਧੂਰਾ ਨਹੀਂ ਜੀ, ਵੈਸੇ ਜੀ ਚੱਲੀ ਜਾਂਦਾ, ਕਿਸਾਨਾਂ ਦੇ ਨਾਲ ਆ ਜੀ ਆਪਾਂ, ਹੈ ਨਾ, ਕਿਸਾਨਾਂ ਦੇ ਵੀ ਜਿਹੜੇ ਅੱਗ ਚੱਲ ਰਹੇ ਆ ਵੀ ਅੱਗ ਨਾ ਲਾਓ ਪਰਾਲੀ ਨੂੰ, ਕਿਸਾਨਾਂ ਦੇ ਨਾਲ ਆ ਜੀ, ਕਿਉਂਕਿ ਸਰਕਾਰ ਆਪਾਂ ਨੂੰ ਸਬਸਿਡੀਆਂ ਦੇ ਰਹੀ ਹੈ, ਬਹੁਤ ਗਰੁੱਪ ਬਣੇ ਨੇ ਜੀ, ਬਹੁਤ ਸੰਦ ਆ ਗਈ ਵੀ ਐਪੀਸੀਡਰ ਵਗੈਰਾ ਬਹੁਤ ਆ ਰਹੇ ਨੇ ਪਿੰਡ ਦੇ ਵਿੱਚ, ਟਰੈਕਟਰ ਵੀ ਲਿਆਉਂਦੇ ਨੇ ਜੀ। ਠੀਕ ਹੈ, ਤੇ ਸਰਪੰਚ ਸਾਹਿਬ ਤੋਂ ਕੀ ਉਮੀਦ ਕਰਦੇ ਹੋ, ਕੀ ਤੁਹਾਡੇ ਪਿੰਡ 'ਚ ਕਿਸ ਚੀਜ਼ ਦੀ ਕਮੀ ਹੈ ਕਿ ਜਿਹੜੇ ਆਪਾਂ ਕਿਸਾਨ ਨੂੰ, ਜਿਹੜੇ ਚੀਜ਼ ਨੂੰ ਆਪਣੇ ਸੰਦਾਂ ਨੂੰ ਵਰਤ ਸਕੇ ਜੀ? ਜੀ ਸਰਪੰਚ ਸਾਹਿਬ ਨੂੰ ਫੁੱਲ ਉਮੀਦ ਹੈ ਸਾਨੂੰ ਜੀ, ਸਰਪੰਚ ਤਾਂ ਕੋਈ ਚੱਕਰ ਹੀ ਨਹੀਂ ਗਈ, ਸਰਪੰਚ ਤਾਂ ਬਣਾ ਰਹੇ ਹੈ ਵੀ ਇਹਦੇ 'ਚ ਕੰਮ ਕਰਨ ਦਾ ਹੁਨਰ ਹੈ ਜੀ। ਠੀਕ ਹੈ ਜੀ, ਕਿਸਾਨਾਂ ਨਾਲ ਖੜਾ ਗਾ ਇਹ ਆਪ ਵੀ ਘੱਟੋ ਘੱਟ 40-50 ਕਿੱਲੇ ਦੀ ਖੇਤੀ ਕਰਦਾ ਜੀ ਠੇਕੇ ਤੇ ਲੈ ਕੇ, ਤੇ ਜੀ ਬਾਕੀ ਕੋਈ ਨਹੀਂ। ਕਹਿੰਦੇ ਸਰਪੰਚ ਹੁਣ ਜਾਗ ਰਿਹਾ, ਕਿਤੇ ਬਾਅਦ ਇਲੈਕਸ਼ਨ ਬਾਅਦ ਸੌ ਜੇ? ਨਹੀਂ ਜੀ, ਇਹ ਸੌਣ ਵਾਲਾ ਬੰਦਾ ਹੈ ਨੀਗਾ ਜੀ। ਹਾਂਜੀ, ਹੋਰ ਜੇ ਮਰਜੀ ਹੋਰ ਸੌ ਜਾਣਗੇ, ਇਹ ਸੌਣ ਵਾਲਾ ਹੈ ਨੀ, ਇਹ ਤਾਂ ਪਹਿਲਾਂ ਹੀ ਆਪਦੇ ਕੰਮ ਦੇ ਵਿੱਚ ਨਹੀਂ ਸੁੱਤਾ ਕਿਤੇ, ਪਿੰਡ 'ਚ ਤਾਂ ਸੌਣਾ ਹੀ ਚਾਹੀਦਾ, ਜੋ ਮਾਣ ਸਰਕਾਰ ਆਈ ਹੈ ਅਸੀਂ ਬਿਲਕੁਲ ਪਹਿਲਾਂ ਹੀ ਨਹੀਂ ਸੁੱਤੇ, ਅਸੀਂ ਤਾਂ ਪਿੰਡ ਦਾ ਵਿਕਾਸ ਕਰਾਈ ਜਾਂਦੇ ਹਾਂ। ਹਾਂਜੀ, ਜਸਵੀਰ ਕੌਰ ਬਾਜਵਾ। ਜਸਵੀਰ ਕੌਰ ਜੀ, ਤਰਸੇਮ ਜੀ ਇਲੈਕਸ਼ਨ ਲੜ ਰਹੇ ਤੁਹਾਡੇ ਪਿੰਡ ਦੇ ਵਿੱਚੋਂ, ਕੀ ਕਹਿਣਾ ਚਾਹੋਗੇ? ਤੁਸੀਂ ਵੀ ਪੂਰਾ ਸਮਰਥਨ, ਮਾਤਾ ਭੈਣਾਂ ਦਾ ਪੂਰਾ ਇਕੱਠ ਹੈ, ਕੀ ਕਹਿਣਾ ਚਾਹੋਗੇ? ਹਾਂ ਜੀ, ਇਹ ਬਹੁਤ ਵਧੀਆ, ਪਿੰਡ ਦਾ ਸਹਿਯੋਗ ਦੇ ਰਹੇ ਨੇ ਪਹਿਲਾਂ ਤੋਂ ਹੀ, ਨਵੇਂ ਸਰਪੰਚ ਬਣਨ ਤੋਂ ਪਹਿਲਾਂ ਵੀ ਬਹੁਤ ਕੰਮ ਕਰੇ ਨੇ ਸ਼ੁਰੂ ਜੀ, ਇਹਨਾਂ ਨੂੰ ਕਾਫੀ ਟਾਈਮ ਹੋ ਗਿਆ ਲੰਮੇ ਸਮੇਂ ਤੋਂ ਕੰਮ ਕਰਦਿਆਂ ਨੂੰ, ਵੀ ਸਾਨੂੰ ਇਹਨਾਂ ਤੋਂ ਇਹ ਉਮੀਦ ਆ ਵੀ ਇਹ ਹੁਣ ਵੀ ਉਦੋਂ ਬਾਅਦ ਸਰਪੰਚ ਬਣਨ ਤੋਂ ਬਾਅਦ ਵੀ ਜੋ ਕੰਮ ਪਿੰਡ ਦੇ ਅਧੂਰੇ ਰਹਿੰਦੇ ਨੇ ਹਰ ਇੱਕ ਕੰਮ ਕਰਨਗੇ ਜੀ। ਜੇ ਆਪਾਂ ਇਹਨਾਂ ਦਾ ਗੱਲ ਕਰੀਏ, ਜੇ ਪਿੰਡ ਦੇ ਵਿੱਚ ਰਹਿੰਦੇ ਨੇ ਕਿਹੋ ਜਿਹਾ ਇਹਨਾਂ ਦਾ ਰਹਿਣ ਸਹਿਣ ਹੈ, ਕਿਹੋ ਜਿਹਾ ਇਹਨਾਂ ਦਾ ਮਿਲਵਰਤਨ ਹੈ ਪਿੰਡ ਦੇ ਵਿੱਚ? ਪੂਰਾ ਵਧੀਆ ਜੀ ਮਿਲਵਰਤਨ ਆ, ਰਹਿਣ ਸਹਿਣ ਪੂਰਾ ਵਧੀਆ ਜੀ, ਇੱਜ਼ਤ ਪੱਖੋਂ ਪੂਰੇ ਵਧੀਆ ਨੇ ਜੀ। ਹਾਂਜੀ, ਪੂਰਾ ਵਧੀਆ ਇਹਨਾਂ ਦਾ ਹੋਊਗਾ, ਕੋਈ ਇਹੋ ਜਿਹਾ ਕੰਮ ਨਹੀਂ ਹੈਗਾ ਵੀ ਇਹਨਾਂ ਨੇ ਸਰਕਾਰ ਦਾ ਪੈਸਾ ਵੀ ਆਪਦਾ ਘਰ ਰੱਖ ਲੈਣਗੇ, ਇਹਨਾਂ ਨੇ ਆਪਦੇ ਪੱਲਿਓਂ ਵੀ ਲਾਉਣ ਵਾਲੇ ਬੰਦੇ ਨੇ। ਹਾਂਜੀ, ਜੇ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ, ਕੋਈ ਐਜੂਕੇਸ਼ਨ ਲਈ ਤੁਸੀਂ ਕੀ ਇਹਨਾਂ ਦਾ ਕੋਈ ਇਹਨਾਂ ਨਾਲ ਗੱਲਬਾਤ ਕੀਤੀ ਜੀ? ਉਹ ਕੋਈ ਲਾਇਬ੍ਰੇਰੀ ਕੋਈ ਵੀ ਜੋ ਇਹਨਾਂ ਦਾ ਵਿਚਾਰ ਬਣੇ ਉਹ ਕਰਨਗੇ ਜੀ। ਹਾਂਜੀ ਜੀ, ਕੀ ਨਾਮ ਆਪਣਾ? ਮੇਰਾ ਨਾਮ ਲਕਸ਼ਮਣ ਸਿੰਘ ਹੈ ਜੀ। ਹਾਂ ਲਕਸ਼ਮਣ ਸਿੰਘ, ਤਰਸੇਮ ਜੀ ਤੁਹਾਡੀ ਇਲੈਕਸ਼ਨ ਲੜਾ, ਤੁਹਾਡੇ ਪਿੰਡ ਦੇ ਵਿੱਚੋਂ ਕੀ ਕਹਿਣਾ ਚਾਹੋਗੇ? ਕਹਿਣਾ ਇਹੀ ਚਾਹੁੰਦੇ ਆ ਵੀ ਨਗਰ ਨੂੰ
ਨਹਿਰੀ ਪਾਣੀ ਦਾ ਸੀ ਉਹ ਇਹਨਾਂ ਨੇ ਜ਼ੋਰ ਲਾ ਕੇ ਪਾਸ ਕਰਵਾ ਕੇ ਕਰਵਾਇਆ ਵੀ ਆ ਜਿਹੜਾ ਰਹਿੰਦਾ ਉਹ ਵੀ ਅਸੀਂ ਪੂਰਾ ਕਰਾਂਗੇ ਬਾਕੀ ਗਲੀਆਂ ਨਾਲੀਆਂ ਦਾ ਜੋ ਕੰਮ ਅਧੂਰਾ ਸੀ ਪਿਛਲੀ ਸਰਕਾਰ ਦਾ ਉਹ ਵੀ ਲਗਭਗ ਅਸੀਂ ਕੰਪਲੀਟ ਕਰ ਚੁੱਕੇ ਹਾਂ ਜਿਵੇਂ ਹੁਣ ਨਵਾਂ ਕੰਮ ਸੀਗਾ ਵੀ ਵੱਡੇ ਰੋਡ ਕਰਨੇ ਸੀਗੇ ਕੁੱਡੀ ਕਲਾਂ ਦੇ ਵਿੱਚ 18 ਫੁੱਟੀਆਂ ਸੜਕਾਂ ਬਣਵਾ ਰਹੇ ਉਹ ਲੇਟੈਸਟ ਚੱਲ ਰਿਹਾ ਕੰਮ ਜੀ ਬਾਕੀ ਗਰੀਬ ਦੇ ਹੱਕ ਨੂੰ ਵੀ ਬਾਈ ਜੀ ਖੜਨ ਵਾਲੇ ਨੇ ਦੁਖਦੇ ਸੁੱਖ ਦੇ ਸਾਨੂੰ ਪੂਰਾ ਭਰੋਸਾ ਇਹਨਾਂ ਤੇ ਵੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਤੇ ਮਰਦੇ ਦਮ ਤੱਕ ਖੜਾਂਗੇ ਜੀ ਜੇ ਵਿਕਾਸ ਦੀ ਗੱਲ ਕਿਹੜੇ 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 ਕੰਮ ਅਧੂਰੇ ਨੇ ਅਧੂਰੇ ਜਿਵੇਂ ਸਭ ਤੋਂ ਪਹਿਲਾਂ ਤਾਂ ਸਾਡੇ ਪਿੰਡ ਦੀ ਇੱਕ ਮੰਗ ਹੈ ਵੀ ਜਿਵੇਂ ਨਸ਼ੇ ਦੇ ਉੱਤੇ ਮੰਨ ਲਓ ਚੱਲ ਰਿਹਾ ਕੋੜਾ ਜਿਹੜਾ ਪੰਜਾਬ ਦੇ ਉੱਤੇ ਉਹਦੇ ਲਈ ਇੱਕ ਕਮੇਟੀ ਪਹਿਲਾਂ ਵੀ ਬਣੀ ਹੋਈ ਆ ਉਹਨੂੰ ਮਜ਼ਬੂਤ ਕਰਨ ਲਈ ਹੋਰ ਵੀ ਅਸੀਂ ਮੰਨ ਲਓ ਉਪਰਾਲਾ ਕਰਾਂਗੇ ਜੀ ਜਿਵੇਂ ਕਿ ਪਿੰਡ ਦੇ ਵਿੱਚ ਸੁਸਾਇਟੀ ਹੁੰਦੀ ਹੈ ਜੀ ਨਗਰ ਦੇ ਵਾਸਤੇ ਉਹਦੇ ਵਿੱਚ ਵੀ ਜੇ ਸੰਦ ਨੇ ਹਾਈ ਲੈਵਲ ਦੇ ਵੱਡੇ ਲਿਆ ਕੇ ਆਪਾਂ ਪਿੰਡ ਦੇ ਮੰਨ ਲਓ ਜਿਹੜੀ ਜਨਤਾ ਕੋਲੇ ਗਰੀਬ ਹੈ ਨਹੀਂ ਹੈਗਾ ਟਰੈਕਟਰ ਉਸ ਤਰ੍ਹਾਂ ਦੀਆਂ ਸੁਵਿਧਾਵਾਂ ਇਹਨਾਂ ਤੋਂ ਆਪਾਂ ਪੂਰੀਆਂ ਲਾਗੂ ਕਰਵਾਵਾਂਗੇ ਜੀ ਕਹਿ ਕੇ ਤੇ ਹੋਰ ਕੀ ਮੌਟਮ ਨੇ ਕੋਈ ਮੰਦੇ ਵਿੱਚ ਜਿਹੜਾ ਸਰਪੰਚ ਸਾਹਿਬ ਆਉਣ ਸਮੇਂ ਦੇ ਵਿੱਚ ਕੋਈ ਸਟੇਡੀਅਮ ਗਰਾਊਂਡ ਸਟੇਡੀਅਮ ਕੋਈ ਹੋਰ ਕੋਈ ਪਕਾਰ ਗਰਾਊਂਡ ਸਟੇਡੀਅਮ ਤਾਂ ਆਇਆ ਜੀ ਪਹਿਲਾਂ ਮੰਨ ਲਓ ਕੁਝ ਹੱਦ ਤੱਕ ਦਾ ਗਰਾਊਂਡ ਸਾਡਾ ਕੰਪਲੀਟ ਹੋ ਚੁੱਕਿਆ ਸਟੇਡੀਅਮ ਦੇ ਵਾਸਤੇ ਜਗ੍ਹਾ ਦੀ ਜਿਵੇਂ ਬਾਈ ਜੀ ਨੇ ਪਹਿਲਾਂ ਗੱਲ ਕਰੀ ਆ ਵੀ ਜਗ੍ਹਾ ਦੀ ਕਮੀ ਸੀ ਉਹਦੇ ਲਈ ਤੁਹਾਨੂੰ ਪਤਾ ਹਾਈ ਲੈਵਲ ਤੇ ਜਗ੍ਹਾ ਚਾਹੀਦੀ ਉਹ ਅਸੀਂ ਜ਼ਰੂਰ ਪੰਚਾਇਤੀ ਵਾਹਣ ਦੇ ਵਿੱਚੋਂ ਲੈ ਕੇ ਜ਼ਰੂਰ ਸਟੇਡੀਅਮ ਦਾ ਉਪਰਾਲਾ ਕਰਾਂਗੇ ਕਿਉਂਕਿ ਜੇ ਬੱਚਿਆਂ ਨੂੰ ਆਪਾਂ ਗਰਾਊਂਡ 'ਚ ਵਾੜਾਂਗੇ ਤਾਂ ਹੀ ਆਪਾਂ ਨਸ਼ਾ ਤੋਂ ਬਚ ਸਕਦੇ ਹਾਂ ਇਹ ਤਾਂ ਪਹਿਲਾਂ ਹੀ ਬਹੁਤ ਕੰਮ ਕਰ ਜਾ ਵੀਰ ਜੀ ਇਹ ਸਰਪੰਚ ਬਣ ਕੇ ਫਿਰ ਤਾਂ ਬਹੁਤ ਜ਼ਿਆਦਾ ਕਰਨਗੇ ਜੀ ਬਹੁਤ ਵਧੀਆ ਪਹਿਲਾਂ ਹੀ ਬਹੁਤ ਵਧੀਆ ਪ੍ਰਾਜੈਕਟ ਕੋਈ ਗਰੀਬ ਬਿਮਾਰ ਆ ਕੋਈ ਵੀ ਆ ਆਪਦੀ ਕਾਰ ਤੇ ਆਪ ਲੈ ਕੇ ਜਾਂਦੇ ਬਹੁਤ ਵਧੀਆ ਵਿਕਾਸਪੁਰ ਸਾਹਿਬ ਠੀਕ ਹੈ ਚਰਨਜੀਤ ਹਾਂਜੀ ਚਰਨਜੀਤ ਜੀ ਤਰਸੇਮ ਜੀ ਇਲੈਕਸ਼ਨ ਲੜ ਰਹੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਕੰਮ ਬਹੁਤ ਵਧੀਆ ਕਰ ਰਹੇ ਨੇ ਸਰਪੰਚ ਹੋਣ ਤੋਂ ਪਹਿਲਾਂ ਹੀ ਜੀ ਹਾਂਜੀ ਵੀ ਸਾਨੂੰ ਉਮੀਦ ਆ ਵੀ ਇਦੋਂ ਵੀ ਜ਼ਿਆਦਾ ਸਾਡਾ ਪਿੰਡ ਖੁਸ਼ਹਾਲ ਹੋਊਗਾ ਜੀ ਖੁਸ਼ਹਾਲ ਦੀ ਗੱਲ ਕਰ ਰਹੇ ਹੋ ਖੁਸ਼ਹਾਲ ਦੇ ਵਿੱਚ ਤੁਸੀਂ ਕੀ ਕੀ ਮਨ ਦੇ ਵਿੱਚ ਉਮੀਦ ਰੱਖੀ ਹੈ ਜਿਵੇਂ ਜੀ ਸਟੇਡੀਅਮ ਵਗੈਰਾ ਮਤਲਬ ਕਿ ਸਾਨੂੰ ਉਮੀਦ ਆ ਜੀ ਵੀ ਸਭ ਤੋਂ ਵੱਧ ਜ਼ਿਆਦਾ ਕੰਮ ਕਰਨਗੇ ਜੀ ਉਮੀਦ ਤੋਂ ਜ਼ਿਆਦਾ ਜੀ